ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਇੱਕ ਵਿਅਕਤੀ ਬੜਾ ਹੀ ਨਾਸਤਿਕ ਸੀ ਅਤੇ ਹਰ ਪਲ ਇਹੀ ਕਹਿੰਦਾ ਸੀ ਕਿ ਲੋਕ ਝੂਠ ਬੋਲਦੇ ਹਨ ਕਿ ਰੱਬ ਹੀ ਰਾਜ਼ਕ ਹੈ। ਅਸੀਂ ਹੱਡ ਬਣ ਕੇ ਕਮਾਈ ਕਰਦੇ ਹਾਂ ਤਾਂ ਹੀ ਸਾਨੂੰ ਰੋਜੀ ਮਿਲਦੀ ਹੈ। ਰੱਬ ਕਿਹੜਾ ਵਿਹਲੇ ਬੈਠੇ ਦੇ ਮੂੰਹ ਵਿੱਚ ਬੁਰਕੀਆਂ ਪਾ ਦੇਵੇਗਾ। ਗੁਰਬਾਣੀ ਤੇ ਉਹ ਤਰਕ ਕਰਦਾ ਸੀ, ਕਿਸੇ ਦੀ ਨਸੀਹਤ ਮੰਨਣ ਨੂੰ ਤਿਆਰ ਨਹੀਂ ਸੀ। ਇੱਕ ਦਿਨ ਉਹ ਘਰੋਂ ਜੰਗਲ ਵੱਲ ਤੁਰ ਪਿਆ ਇਹ ਪਰਖਣ ਲਈ ਕਿ ਦੇਖਾਂ ਕਿ ਰੱਬ ਉਸਦੇ ਮੂੰਹ ਵਿੱਚ ਬੁਰਕੀ ਪਾ ਦੇਵੇਗਾ ਜਾਂ ਨਹੀਂ, ਅਤੇ ਕਿਸ ਤਰ੍ਹਾਂ ਨਾਸਤਕ ਵਿਅਕਤੀ ਨੇ ਰੱਬ ਦੀ ਪਰਖ ਕੀਤੀ ਅਤੇ ਕੀ ਰੱਬ ਨੇ ਉਸਦੇ ਮੂੰਹ ਵਿੱਚ ਸੱਚ ਹੀ ਬੁਰਕੀ ਪਾ ਦਿੱਤੀ। ਉਸ ਨਾਸਤਕ ਤੇ ਕਿਸ ਤਰ੍ਹਾਂ ਰੱਬ ਨੇ ਮਿਹਰ ਕੀਤੀ, ਇੱਕ ਬੜੀ ਹੀ ਪਿਆਰੀ ਸਾਖੀ। ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਉਹ ਨਾਸਤਕ ਰੱਬ ਦੀ ਪਰਖ ਕਰਨ ਲਈ ਕਿ ਰੱਬ ਕਿਵੇਂ ਉਸਦੇ ਮੂੰਹ ਵਿੱਚ ਵਿਹਲੇ ਬੈਠੇ ਦੇ ਬੁਰਕੀ ਪਾਵੇਗਾ, ਉਹ ਆਪਣੇ ਘਰੋਂ ਜੰਗਲ ਵੱਲ ਤੁਰ ਪਿਆ। ਉਹ ਇੱਕ ਘਣੇ ਜੰਗਲ ਵਿੱਚ ਜਾ ਕੇ ਇੱਕ ਨਵੇਕਲਾ ਜਿਹਾ ਥਾਂ ਦੇਖ ਕੇ ਬੈਠ ਗਿਆ। ਕੁਝ ਚਿਰ ਪਿੱਛੋਂ ਉਸਦੇ ਮਨ ਵਿੱਚ ਆਈ ਕਿ ਇੱਥੇ ਬੈਠਿਆਂ ਦੇਖ ਕੇ ਸ਼ਾਇਦ ਕੋਈ ਮੁਸਾਫਰ ਉਸਨੂੰ ਰੋਟੀ ਖਾਣ ਲਈ ਮਜਬੂਰ ਕਰ ਦੇਵੇ। ਇਹ ਸੋਚ ਕੇ ਉਹ ਇੱਕ ਦਰਖਤ ਉੱਪਰ ਚੜ ਗਿਆ ਤਾਂ ਕਿ ਉਸਨੂੰ ਕੋਈ ਦੇਖ ਵੀ ਨਾ ਸਕੇ। ਰਾਤ ਪੈ ਗਈ ਅਤੇ ਉਹ ਉੱਪਰ ਹੀ ਬੈਠਾ ਰਿਹਾ। ਅੱਧੀ ਕੁ ਰਾਤ ਪਿੱਛੋਂ ਕੁਝ ਚੋਰ ਚੋਰੀ ਕਰਕੇ ਆ ਰਹੇ ਸਨ। ਉਹਨਾਂ ਨੇ ਦੇਵ ਨੇਤ ਨਾਲ ਉਸ ਦਰਖਤ ਦੇ ਹੇਠਾਂ ਆ ਕੇ ਹੀ ਸੋਚਿਆ ਕਿ ਪਹਿਲਾਂ ਰੋਟੀ ਖਾ ਲਈ ਜਾਵੇ। ਉਹ ਰੋਟੀ ਖੋਲ ਕੇ ਖਾਣ ਹੀ ਲੱਗੇ ਸਨ ਕਿ ਉਧਰੋਂ ਪਿੰਡ ਵਾਲੇ ਆ ਗਏ ਅਤੇ ਚੋਰ ਡਰ ਦੇ ਮਾਰੇ ਆਪਣੀ ਰੋਟੀ ਖੁੱਲੀ ਹੀ ਛੱਡ ਕੇ ਭੱਜ ਗਏ। ਹੁਣ ਉਹ ਬੰਦਾ ਦਰਖਤ ਉੱਪਰ ਬੈਠਾ ਦੇਖ ਰਿਹਾ ਹੈ ਕਿ ਰੋਟੀ ਤਾਂ ਥੱਲੇ ਪਈ ਹੈ, ਪਰ ਉਹ ਭੁੱਖਾ ਹੋਣ ਦੇ ਬਾਵਜੂਦ ਵੀ ਹੇਠਾਂ ਉਤਰ ਕੇ ਰੋਟੀ ਖਾਣ ਨੂੰ ਤਿਆਰ ਨਹੀਂ ਸੀ, ਕਿਉਂਕਿ ਉਸਦੇ ਮਨ ਵਿੱਚ ਭੁਲੇਖਾ ਸੀ ਕਿ ਕਿਵੇਂ ਰੱਬ ਮੂੰਹ ਵਿੱਚ ਆਪੇ ਹੀ ਰੋਟੀ ਪਾ ਦੇਵੇਗਾ ਬਿਨਾਂ ਹੱਥ ਪੈਰ ਹਿਲਾਏ। ਕੁਝ ਚਿਰ ਬਾਅਦ ਐਸੀ ਕੁਦਰਤ ਹੋਈ ਕਿ ਉੱਥੇ ਹੀ ਕੁਝ ਹੋਰ ਚੋਰਾਂ ਦਾ ਟੋਲਾ ਵੀ ਆ ਗਿਆ ਅਤੇ ਉਹਨਾਂ ਨੇ ਵੀ ਦੇਖਿਆ ਕਿ ਇੱਥੇ ਰੋਟੀ ਅਤੇ ਦਾਲ ਭਾਜੀ ਸਭ ਕੁਝ ਖੁੱਲ੍ਹਾ ਪਿਆ ਹੈ ਅਤੇ ਰੋਟੀ ਖਾਣ ਵਾਲਾ ਵੀ ਕੋਈ ਨਹੀਂ। ਇੱਧਰ ਉੱਧਰ ਜਦੋਂ ਉਹਨਾਂ ਨੇ ਵੇਖਿਆ ਪਰ ਕੋਈ ਨਜ਼ਰ ਨਹੀਂ ਆਇਆ। ਇੱਕ ਚੋਰ ਨੇ ਉੱਪਰ ਨਜ਼ਰ ਮਾਰੀ ਤਾਂ ਕੀ ਵੇਖਦਾ ਹੈ ਕਿ ਇੱਕ ਬੰਦਾ ਦਰਖਤ ਉੱਪਰ ਚੜਿਆ ਬੈਠਾ ਹੈ। ਚੋਰਾਂ ਨੇ ਉਸਨੂੰ ਥੱਲੇ ਉਤਰਨ ਵਾਸਤੇ ਕਿਹਾ ਪਰ ਉਹ ਨਾ ਮੰਨਿਆ ਅਤੇ ਉਸ ਵਿਅਕਤੀ ਦੇ ਨਾ ਕਰਨ ਤੇ ਚੋਰਾਂ ਨੇ ਸਮਝਿਆ ਕਿ ਇਸ ਬੰਦੇ ਨੇ ਰੋਟੀ ਵਿੱਚ ਜ਼ਹਿਰ ਪਾਈ ਹੋਵੇਗੀ ਅਤੇ ਆਪ ਉੱਪਰ ਚੜ ਬੈਠਾ ਹੈ ਤਾਂ ਜੋ ਜਿਹੜਾ ਵੀ ਇਸ ਰੋਟੀ ਨੂੰ ਖਾਵੇ ਉਹ ਮਰ ਜਾਵੇ। ਇਹ ਸੋਚ ਕੇ ਉਹਨਾਂ ਚੋਰਾਂ ਵਿੱਚੋਂ ਇੱਕ ਜਣਾ ਦਰਖਤ ਉੱਪਰ ਚੜ ਗਿਆ ਅਤੇ ਉਸ ਉੱਪਰ ਬੈਠੇ ਨਾਸਤਕ ਬੰਦੇ ਨੂੰ ਕੁੱਟ ਕੁੱਟ ਕੇ ਹੇਠਾਂ ਉਤਾਰ ਲਿਆ ਅਤੇ ਰੋਟੀ ਖਾਣ ਲਈ ਕਿਹਾ, ਪਰ ਉਹ ਫਿਰ ਵੀ ਨਾ ਮੰਨਿਆ ਕਿਉਂਕਿ ਉਸਨੇ ਮਨ ਵਿੱਚ ਠਾਣੀ ਹੋਈ ਸੀ ਕਿ ਆਪਣੇ ਹੱਥਾਂ ਨਾਲ ਬੁਰਕੀ ਤੋੜੇ ਬਿਨਾਂ ਕਿਵੇਂ ਉਸਦੇ ਮੂੰਹ ਵਿੱਚ ਰੋਟੀ ਜਾਵੇਗੀ। ਜਦ ਉਹ ਨਾ ਮੰਨਿਆ ਤਾਂ ਇੱਕ ਚੋਰ ਨੇ ਉਸਦਾ ਮੂੰਹ ਫੜ ਕੇ ਜ਼ਬਰਦਸਤੀ ਖੋਲ੍ਹਿਆ ਅਤੇ ਦੂਜੇ ਨੇ ਉਸਦੇ ਮੂੰਹ ਵਿੱਚ ਰੋਟੀ ਧੁੰਨ ਦਿੱਤੀ। ਇਹ ਦੇਖ ਕੇ ਉਸ ਨਾਸਤਕ ਨੇ ਜ਼ੋਰ ਨਾਲ ਚੀਕ ਮਾਰੀ ਅਤੇ ਕਿਹਾ, ਹੇ ਰੱਬਾ, ਤੂੰ ਸੱਚਮੁੱਚ ਹੀ ਰਾਜ਼ਕ ਹੈ ਅਤੇ ਮੇਰੇ ਵਰਗੇ ਹੂੜ ਮਤੀਆਂ ਨੂੰ ਵੀ ਖਾਣ ਨੂੰ ਦਿੰਦਾ ਹੈ। ਅਬਜਨ ਉਪਰ ਕੋਨਾ ਪੁਕਾਰੈ, ਪੁਕਾਰਨ ਕੋ ਜੋ ਉਦਮ ਕਰਤਾ, ਗੁਰਪਰਮੇਸਰ ਤਾਕੋ ਮਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।